हेलो, सत श्री अकाल जी सारिया नू। अज असी तुहाडे नाल शेयर कर रहे हैं। देखो, साढ़े घर भरिया पिया संद समाने दे नाल, बहुत संद पए ने विहड़े दे विच। ते इधर पहला साढ़े बच्चों की देखो, इन्हें तो सैकल गड्डिया ही 6-7 ने, जिहड़ियां यही नहीं सारा दिन लोड़ आउंदियां, सारी भजाई फिरी जांदे ने, कोई उत्थे रखती कोई उत्थे रखती, ते बाकी घर का भी। ਅਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਦੁਕਾਨ ਦਾ ਕੰਮ ਵੀ ਘਰ ਲਿਆ ਕੇ ਕਰਨ ਲੱਗੇ ਨੇ। ਪੱਟੀ ਸਾਹਿਬ ਕੋਈ ਫੋਨ 'ਤੇ ਸਕਿੱਟਸ ਹੁੰਦੇ ਪਏ ਆ, ਮੈਂ ਤਾਂ ਫਿਰਦਾ ਭੱਜਿਆ। ਇਹ ਵੀਡੀਓ ਵੈਸੇ ਕਈ ਦਿਨ ਪਹਿਲਾਂ ਦੀ ਆ, ਸ਼ਾਮ ਜੀ ਦਾ ਟਾਈਮ ਆ। ਮੈਂ ਤਾਂ ਪੱਠਿਆਂ ਦੀ ਪੰਡ ਉੱਤੇ ਛਾਲਾਂ ਮਾਰਦਾ ਸੀਗਾ, ਛਾਲਾਂ ਮਾਰ ਮਾਰ ਕੇ ਕਹਿੰਦਾ ਹੁੰਦਾ, ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ। ਜੰਪਿੰਗ ਜੰਪਿੰਗ ਲੱਗਿਆ ਹੋਇਆ ਕਰਨ। ਇੱਧਰ ਆ ਰਿਕਸ਼ੇ 'ਤੇ ਟਰਾਲੀ ਦਾ ਪਿਆ ਹੈਗਾ ਬੈੱਡ, ਰੰਗ ਕਰਿਆ ਹੋਇਆ ਵਾ। ਇਹ ਬੈੱਡ ਦੇ ਪੀਸ ਨੇ ਸਾਰੇ, ਇੱਧਰ ਵੀ ਬੈੱਡ ਦਾ ਹੀ ਪੀਸ ਪਿਆ ਇੱਕ, ਇਹ ਬੈਕ ਸਾਈਡ ਦਾ। ਅੱਛਾ, ਇਹ ਜਿਨ੍ਹਾਂ ਦੀ ਟਰਾਲੀ ਹੈ ਉਹਦਾ ਨਾਮ ਲਿਖਿਆ ਹੋਇਆ ਉਹਨਾਂ ਦਾ। ਸਾਰੇ ਹੀ ਸੰਦ ਜੇ ਨੇ, ਟਰਾਲੀ ਦੀ ਰੰਗ ਕਰ ਕਰ ਰੱਖੇ ਹੋਏ। ਆਹਦੇ ਬੱਚੇ ਥੱਲੇ ਵੜੇ ਹੋਏ ਨੇ ਟਰਾਲੀ ਦੇ ਸ਼ਿਪ ਦੇ, ਨੀਚੇ ਤੋਂ ਕਲਰ ਕਰ ਰਹੇ ਆ ਉਹਨੂੰ, ਟਰਾਲੀ ਨੂੰ ਨੀਚੇ ਰੰਗ ਕਰ ਰਹੇ ਨੇ। ਥੋੜ੍ਹਾ ਨੇੜੇ ਤੋਂ ਦਿਖਾਉਂਦੀ ਹਾਂ ਤੁਹਾਨੂੰ। ਮੈਂ ਗੋਦੀ ਠਹਿਰ ਕੇ ਚੱਕਦੀ ਹਾਂ, ਆਪਾਂ ਟਰਾਲੀ ਦੀ ਵੀਡੀਓ ਬਣਾ ਲਈਏ। ਟਰਾਲੀ ਦੇਖ ਲਈ, ਕਿੱਡੀ ਵੱਡੀ ਟਰਾਲੀ ਆ, 18 ਫੁੱਟਾ ਟਰਾਲਾ, ਹਜੇ ਲਿਖਾਈ ਰਹਿੰਦੀ ਆ। ਹਾਂਜੀ, ਕਿਹੜਾ ਟਰੈਕਟਰ? ਟਰੈਕਟਰ ਗਿਆ, ਬਸ ਵਾਹ ਕੇ ਚਲਿਆ ਗਿਆ। ਆ ਜਿਹੜੀਆਂ ਰੰਗ ਹੋਈ ਜਾਂਦੀਆਂ ਨੇ ਉਹ ਬਾਹਰ ਕੱਢਤੀਆਂ, ਬਾਹਰ ਵੀ ਆਪਣੀ ਵਿਗੜੀ ਜੀ ਹੈਗੀ, ਉਹਦੇ ਵਿੱਚ ਖੜਾਈਆਂ ਹੋਈਆਂ ਨੇ ਰੰਗ ਕਰ ਕਰਕੇ। ਮਤਲਬ ਆਪਣੇ ਟਾਈਮ ਦੇ ਹਿਸਾਬ ਨਾਲ ਕਸਟਮਰ ਆਉਂਦੇ ਨੇ ਤਾਂ ਉਹ ਲੈ ਜਾਂਦੇ ਨੇ। ਫਿਰ ਉੱਧਰ ਸਾਹਮਣੇ ਪਿੰਡ, ਅਸੀਂ ਖੇਤਾਂ ਦੇ ਵਿੱਚ ਹੀ ਬੈਠੇ ਹਾਂ, ਆਪਣੇ ਖੇਤਾਂ ਵਿੱਚ ਹੀ ਮਕਾਨ ਬਣਾਇਆ ਹੋਇਆ। ਪਿੰਡ ਸਾਡੇ ਨੇੜੇ ਆ, ਕੈਮਰੇ ਵਿੱਚ ਦੀ ਦੂਰ ਲੱਗਦਾ, ਵੈਸੇ ਇੰਨਾ ਜ਼ਿਆਦਾ ਦੂਰ ਨਹੀਂ ਹੈਗਾ। ਅਤੇ ਉਹ ਰੋਡ ਹੈ ਸਾਹਮਣੇ, ਪਿੰਡ ਦੇ ਵਿੱਚ ਦੀ ਰੋਡ ਲੰਘ ਰਹੀ, ਉਹ ਟਰੈਕਟਰ ਜਾ ਰਿਹਾ ਰੋਡ 'ਤੇ। ਥੋੜ੍ਹਾ ਨੇੜੇ ਕਰਕੇ ਦਿਖਾਇਆ ਮੈਂ, ਦਰੱਖਤ ਅਜੇ ਫੁੱਟੇ ਨਹੀਂ ਹੈਗੇ। ਅਤੇ ਇੱਧਰ ਸਾਡੇ ਨੇੜੇ ਹੈਗਾ ਗੁਰਦੁਆਰਾ ਸਾਹਿਬ, ਟਾਵਰ ਲਾਈਨ ਵੀ ਸਾਡੇ ਘਰ ਦੇ ਕੋਲ ਦੀ ਲੰਘਦੀ ਆ, ਤੇ ਗੁਰਦੁਆਰਾ ਸਾਹਿਬ ਵੀ ਸਾਡੇ ਨੇੜੇ ਨੇ। ਹਾਂਜੀ, ਇਹ ਸ਼ਾਇਦ 2 ਦਿਨ ਬਾਅਦ ਦੀ ਵੀਡੀਓ ਹੈਗੀ ਆ। ਤੇ ਸਟਿੱਕਰ ਵਗੈਰਾ ਸਾਰੇ ਲਾਤੇ ਨੇ ਟਰਾਲੀ ਨੂੰ, ਤੇ ਹੁਣ ਐਂਡ ਦੇ ਵਿੱਚ ਫਿਰ ਟਾਇਰ ਕੱਸਦੇ ਆ, ਟਾਇਰ ਕੱਸਣ ਲੱਗੇ ਹੋਏ ਨੇ। ਬੇਟਾ ਟਾਇਰ ਕੱਸਦਾ ਆ, ਉਹਦੇ ਨਟ ਵਗੈਰਾ ਅੱਛੀ ਤਰ੍ਹਾਂ। ਹਾਂਜੀ, ਮੈਂ ਤੁਹਾਨੂੰ ਸਟਿੱਕਰ ਵਗੈਰਾ ਦਿਖਾ ਦਿੰਦੀ ਹਾਂ, ਜਿਹੜੇ ਅੱਜ ਕੱਲ੍ਹ ਲਾਉਂਦੇ ਨੇ, ਰੰਗ ਵੀ ਕਰਦੇ ਨੇ, ਲਿਖਾਈ ਵੀ ਕਰਦੇ ਨੇ ਬ੍ਰੱਸ਼ ਦੇ ਨਾਲ,
ਬਟ ਨਵੀਆਂ ਟਰਾਲੀਆਂ ਨੂੰ ਜ਼ਿਆਦਾਤਰ ਸਟਿੱਕਰ ਲਗਾਉਂਦੇ ਨੇ, ਸਟਿੱਕਰ ਕਾਫੀ ਤਰ੍ਹਾਂ ਤਰ੍ਹਾਂ ਦੇ ਬਣ ਕੇ ਆ ਰਹੇ ਨੇ, ਪੰਜਾਬ ਦਾ ਨਕਸ਼ਾ ਬਣਾਉਂਦੇ ਨੇ, ਆ ਨਾਲ ਅੱਜ ਕੱਲ੍ਹ ਬਣਨ ਬਹੁਤ ਕੁਛ ਲੱਗ ਗਿਆ, ਬੋਕਸ ਬਹੁਤ ਲੱਗਦੇ ਨੇ ਅਲੱਗ ਅਲੱਗ ਤਰ੍ਹਾਂ ਦੇ, ਪੰਜਾਬ ਦਾ ਨਕਸ਼ਾ ਹੋ ਗਿਆ, ਮੋਟੋ ਲਿਖੇ ਹੋਏ ਨੇ ਸਟਿੱਕਰਾਂ ਦੇ ਉੱਤੇ, ਨਾਲ ਆ ਦੋ ਚੀਜ਼ਾਂ ਦਿੰਦੇ ਨੇ, ਇੱਕ ਫਾਲਾ ਅਤੇ ਇੱਕ ਤਰਫਾਲੀ ਜਿਹੀ। ਹਾਂਜੀ ਇਹ ਮੋਟੋ ਲਿਖੇ ਹੋਏ ਨੇ ਸਟਿੱਕਰ ਨੇ ਇਹ ਬਣੇ ਹੋਏ। ਹਾਂਜੀ ਇੱਧਰ ਆ ਗਿਆ ਡਾਲਾ, ਡਾਲੇ 'ਤੇ ਵੀ ਪਿੱਛੇ ਨੋ ਫਾਰਮਰ ਨੋ ਫੂਡ। ਅੱਜ ਕੱਲ੍ਹ ਬੈੱਡ ਦੇ ਨਾਲ ਆ ਜਾਲੀ ਲੱਗਦੀ ਆ ਜਿਹੜੀ ਯੈਲੋ ਕਲਰ ਦੀ ਪੇਂਟ ਕਰੀ ਹੋਈ ਆ, ਇਹ ਸਾਰੇ ਬੈੱਡ ਦੇ ਅੰਦਰ ਜਾਲੀਆਂ ਲਵਾਉਂਦੇ ਨੇ। ਅੱਗੇ ਤਾਂ ਲੋਕ ਪੱਲੀਆਂ ਪੁੱਲੀਆਂ ਬੰਨ੍ਹਦੇ ਹੁੰਦੇ ਸੀ, ਪਤਾ ਉਹ ਬਟ ਉਹ ਕੰਮ ਹੁਣ ਚੱਕ ਹੋ ਗਏ ਅਤੇ ਹੁਣ ਬਸ ਨਾਲ ਆ ਜਾਲੀ ਲਾ ਦਿੰਦੇ ਨੇ। ਆਹ ਮੁੱਛਾਂ ਬਣੀਆਂ ਹੋਈਆਂ ਨੇ, ਇਹ ਸਟਿੱਕਰਾਂ 'ਤੇ ਬਲਦ ਗੱਡੀਆਂ ਭਜਾਈ ਜਾਂਦੇ ਆ, ਮਤਲਬ ਕਿਸਾਨੀ ਨਾਲ ਸੰਬੰਧਿਤ ਹੀ ਸਾਰੇ ਲੱਗਦੇ ਨੇ ਸਟਿੱਕਰ ਜਿਹੜੇ ਲੱਗਦੇ ਨੇ, ਸੋਹਣੇ ਲੱਗਦੇ ਨੇ ਬਹੁਤ ਲੱਗੇ ਹੋਏ। ਪੌੜੀ ਉੱਪਰ ਜਾਣ ਨੂੰ ਅਤੇ ਇਸ ਸਾਈਡ ਆ ਗਿਆ ਟੂਲ ਬੁਕਸ, ਇਹ ਜ਼ਿਆਦਾ ਵੱਡਾ, ਥੋੜ੍ਹਾ ਜਿਹਾ ਉੱਧਰਲੀ ਸਾਈਡ ਛੋਟੇ ਨੇ, ਅਤੇ ਛੋਟਾ ਸਮਾਨ ਰੱਖਣ ਨੂੰ ਆਹ ਵੱਡਾ ਸਮਾਨ ਰੱਖਣ ਨੂੰ ਇਹ ਟੂਲ ਬੁਕਸ ਲੱਗਿਆ ਹੋਇਆ, ਇਹਦੇ ਵਿੱਚ ਜ਼ਿਆਦਾ ਬਿਸਤਰਾ ਵਗੈਰਾ ਵੀ ਰੱਖ ਹੋ ਜਾਂਦਾ ਜਾਂ ਹੋਰ ਸੰਦ ਸਮਾਨ। ਹਾਂਜੀ ਇੱਥੇ ਤੁਹਾਨੂੰ ਮੈਂ ਮੰਜਾ ਦਿਖਾਉਣਾ ਭੁੱਲ ਗਈ ਸੀਗੀ, ਮੈਂ ਕਿਹਾ ਤੁਹਾਨੂੰ ਮੰਜਾ ਵੀ ਦਿਖਾ ਦਾ, ਨਾਲ ਮੰਜਾ ਲੱਗਿਆ ਹੋਇਆ, ਅੱਜ ਤੋਂ ਨਟ ਫਸਾਇਆ ਹੋਇਆ ਇੱਧਰ, ਅਤੇ ਮੰਜਾ ਅਜੇ ਬੁਣਨ ਵਾਲਾ ਆ, ਮਤਲਬ ਜਿਵੇਂ ਗੰਨੇ ਵਾਸਤੇ ਟਰਾਲੀ ਸਪੈਸ਼ਲ ਬਣੀ ਆ ਇਹ, 18 ਫੁੱਟੀ ਟਰਾਲੀ ਆ ਇਹ, ਜਿਹੜੇ ਲੋਕ ਮਿੱਲ 'ਚ ਗੰਨਾ ਲੈ ਕੇ ਜਾਂਦੇ ਨੇ ਉਹ ਫਿਰ ਆਪਣਾ ਮੰਜਾ ਇੱਥੇ ਖੋਲ੍ਹ ਕੇ ਕੋਲ ਹੀ ਆਪਣੀ ਟਰਾਲੀ ਦੇ ਪੈ ਜਾਂਦੇ ਨੇ। ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਊਗੀ, ਥੈਂਕ ਯੂ।